ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈ ਕਈ ਵਾਰ ਆਪਾਂ ਕਹਿੰਦੇ ਆ ਜਿਸ ਨੂੰ ਸਾਰਾ ਦਿਨ ਆਲਸ ਪਿਆ ਰਹਿੰਦਾ ਸੁਸਤੀ ਪਈ ਰਹਿੰਦੀ ਅਤੇ ਮੇਰਾ ਸਰੀਰ ਥੱਕਿਆ ਥੱਕਿਆ ਰਹਿੰਦਾ ਆਪਣੇ ਸਭ ਦੀਆਂ ਹੀ ਇੱਕ ਅਲਾਂ ਕਈ ਵਾਰ ਹੁੰਦੀਆਂ ਨੇ ਉਹ ਮਨੁੱਖ ਜਪ ਸਾਹਿਬ ਦਾ ਪਾਠ ਕਰੇ ਥੋੜੇ ਦਿਨ ਕਰਕੇ ਦੇਖੇ ਖੁਦ ਨੂੰ ਅੰਦਰੋਂ ਅਨੁਭਵ ਹੋਏਗਾ ਕਿ ਮੈਂ ਇੱਕ ਅਨੋਖੀ ਸ਼ਕਤੀ ਵਿੱਚ ਜੀ ਰਿਹਾ ਮੇਰੇ ਵਿੱਚ ਵਾਹਿਗੁਰੂ ਕੁਰਬਾਨੀ ਦਾ ਪਸਾਰਾ ਹੋ ਰਿਹਾ ਇੱਕ ਸਿੱਖ ਸੀ ਤੇ ਉਸਤੇ ਅਗੋ ਚਾਰ ਪੁੱਤਰ ਸੀ ਸਾਰੇ ਜਣੇ ਵੇਲੇ ਫਿਰਦੇ ਸੀ ਉਹ ਮਨੁੱਖ ਕਹਿੰਦਾ ਘਰ ਵਾਲੀ ਸਾਰਾ ਦਿਨ ਮੇਰੇ ਨਾਲ ਲੜਦੀ ਜਦੋਂ ਘਰ ਖਾਣ ਲਈ ਕੁਝ ਨਹੀਂ ਤਾਂ ਸੁਭਾਵਿਕ ਜੀ ਗੱਲ ਹੈ ਲੜੇਗੀ ਹੀ ਉਹਨੇ ਸੰਤ ਜੀ ਨੂੰ ਕਿਹਾ ਗਏ ਤੇ ਕਿ ਸਾਰੀ ਗਵਰਤਾਲਾਪ ਕੀਤੀ ਵੀ ਐਵੇਂ ਸਾਰੇ ਵੇਲੇ ਫਿਰਦੇ ਨੇ ਘਰ ਵਿੱਚ ਲੜਾਈ ਹੈ ਕਲੇਸ਼ ਹੈ ਦੱਸੋ ਕੀ ਕੀਤਾ ਜਾਵੇ ਸੰਤ ਜੀ ਕਹਿੰਦੇ ਵੀ ਮੈਂ ਦੱਸ ਰਿਹਾ ਤੁਸੀਂ ਕਰੋਗੇ ਉਹਨੇ ਕਹਾਂ ਜੀ ਹਾਂ ਜੀ ਅਸੀਂ ਕਰਾਂਗੇ ਸੰਤ ਜੀ ਕਹਿੰਦੇ ਜਾਪ ਸਾਇਬ ਕਰਿਆ ਕਰੋ ਉਹ ਵਾਹਿਗੁਰੂ ਆਪੇ ਕਿਰਤਵੀ ਪ੍ਰਦਾਨ ਕਰਨਗੇ ਤੇ ਮਿਹਰ ਵੀ ਕਰਨਗੇ ਜੇ ਇਹ ਕਾਲਿਯੁਗ ਹੈ ਨਾ ਇਹ ਆਪਣੇ ਸਭ ਦੇ ਉੱਪਰ ਪ੍ਰਭਾਵ ਪਾਉਂਦਾ ਸਭ ਦੇ ਉੱਪਰ ਹਾਵੀ ਹੁੰਦਾ ਇਸ ਨੂੰ ਅਸੀਂ ਪਰੇ ਕਰਨਾ ਉਹ ਤਾਂ ਆਪਾਂ ਆਪ ਹੀ ਕਰਨਾ ਹੈ ਨਾ ਜਦੋਂ ਰਾਹ ਪਤਾ ਹੈ ਆਪਾਂ ਕਹਿੰਨੇ ਆ ਨਾ ਵੀ ਰੋਗ ਲੱਗੇ ਨੇ ਇਹ ਹੋ ਗਿਆ ਤੁਸੀਂ ਪਾਠ ਤਾਂ ਕਰੋ ਗੁਰਬਾਣੀ ਦਾ ਜਾਪ ਤਾਂ ਕਰੋ ਆਪੇ ਸਭ ਦੂਰ ਹੋ ਜਾਏਗਾ ਸੇਵਾ ਤੋਂ ਹੀ ਮੇਵਾ ਮਿਲਦਾ ਹੈ ਤੋ ਕਰਕੇ ਤਾਂ ਵੇਖ ਬੰਦਿਆ ਜੇ ਅੱਜ ਦੇ ਸਮੇਂ ਵਿੱਚ ਸਾਨੂੰ ਮੁਸ਼ਕਿਲਾਂ ਆ ਰਹੀਆਂ ਨੇ ਇਸ ਕੁਰਬਾਨੀ ਨੇ ਹੀ ਠੀਕ ਕਰਨੀਆਂ ਨੇ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਸੰਗਤ ਵਿੱਚ ਬੈਠੇ ਸੀ ਸੰਗਤ ਨੇ ਕਿ ਹਮਾਰਾਜ ਸਭ ਦੁੱਖ ਦੂਰ ਹੋ ਜਾਣ ਸਾਨੂੰ ਇਹੋ ਜੀ ਕੁਰਬਾਨੀ ਤੋਂ ਉਸ ਸਮੇ ਗੁਰੂ ਜੀ ਨੇ ਇਹ ਗੁਰਬਾਣੀ ਉਚਾਰੀ ਸੀ ਇਸ ਗੁਰਬਾਣੀ ਵਿੱਚ ਗੁਰੂ ਜੀ ਨੇ ਅਕਾਲ ਪੁਰਖ ਦੀ ਉਸਤਤ ਕੀਤੀ ਇਸ ਵਿੱਚ ਪ੍ਰਭੂ ਨੇ ਉਸ ਨੂੰ ਨਮਸਕਾਰ ਕੀਤੀ ਜੀ ਮੇ ਸਿਰ ਗੁਰੂ ਗ੍ਰੰਥ ਸਾਹਿਬ ਵਿੱਚ ਜਪਜੀ ਸਾਹਿਬ ਦਾ ਪਾਠ ਆਰੰਭ ਤੇ ਹੁੰਦਾ ਉਸੇ ਪ੍ਰਕਾਰ ਜਪ ਸਾਹਿਬ ਦਾ ਪਾਠ ਹੈ ਪਰਮਾਤਮਾ ਜੋ ਹੈ ਨਾ ਜਪਨ ਯੋਗ ਉਸ ਦਾ ਪਾਠ करिए ਉਸ ਨੂੰ ਉਚਾਰਿਏ ਹਰ ਰੋਜ਼ ਉਚਾਰਨ ਕਰਨ ਨਾਲ ਇਹ ਗੁਰਬਾਣੀ ਜੋ ਹੈ ਸਾਰੇ ਦੁੱਖੜੇ ਦੂਰ ਕਰਦੀ ਜਪ ਸਾਹਿਬ ਤੋਂ ਪਾਵ ਹੈ ਲਗਾਤਾਰ ਇੱਕ ਰਸ ਵਿੱਚ ਪੜੀ ਜਾਣ ਵਾਲੀ ਗੁਰਬਾਣੀ ਜਦੋਂ ਆਪਾਂ ਪੜਾਂਗੇ ਤੇ ਆਪਾਂ ਖੁਦ ਅਨੁਭਵ ਕਰਾਂਗੇ ਇਹ ਗੁਰਬਾਣੀ ਸਾਡੀ ਸੂਰਤ ਨੂੰ ਅਕਾਲ ਪੁਰਖ ਤੱਕ ਜੋੜਨ ਵਾਲੀ ਹੈ ਇਹ ਨਾ ਜੋ ਅਨੇਕਾ ਭਾਸ਼ਾਵਾਂ ਨਾਲ ਸੰਬੰਧਿਤ ਹੈ ਕਰੀਬਨ ਕਰੀਬਨ ਸਤ ਭਾਸ਼ਾ ਹਨ ਜਿਸ ਦਾ ਭਾਵ ਕਿ ਜੋ ਵਿਤਕਰਾ ਕੀਤਾ ਜਾਂਦਾ ਸੀ ਨਾ ਉਸ ਨੂੰ ਦੂਰ ਕੀਤਾ ਜਾਵੇ ਇਹ ਸ਼ਕਤੀ ਰੂਪ ਬਾਣੀ ਹੈ ਇਸ ਨੂੰ ਪੜਨ ਨਾਲ ਪਾਪ ਖਤਮ ਹੁੰਦੇ ਨੇ ਇਸ ਨਾਲ ਸਾਨੂੰ ਆਤਮਿਕ ਗਿਆਨ ਪ੍ਰਾਪਤ ਹੁੰਦਾ ਜਿਸ ਤੋਂ ਅਸੀਂ ਅਜਵਾਂ ਜੇ ਫਿਰਦੇ ਹਾਂ ਗੁਰੂ ਦਾ ਪ੍ਰਕਾਸ਼ ਸਭ ਵਿੱਚ ਪਰ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੇ ਜਿਵੇਂ ਰੱਬ ਸਭ ਵਿੱਚ ਹੈ ਪਰ ਵੇਖਦਾ ਕਿਸੇ ਕਿਸੇ ਨੂੰ ਹੈ हे ਵਾਿਗਰੂ ਤੂੰ ਐਸਾ ਸਰੂਪ ਹੈ ਜਿਸ ਨੂੰ ਪ੍ਰਾਪਤ ਕਰ ਨਿਰੋਗ ਹੋ ਜਾਂਦਾ ਹੈ हे ਵਾਿਗਰੂ ਤੁਸੀਂ ਸਾਨੂੰ ਪਤਾਲ ਲੋਕ ਆਕਾਸ਼ ਵਿੱਚ ਤੁਸੀਂ ਤਿੰਨਾਂ ਲੋਕਾਂ ਦੇ ਮਾਲਕ ਹੋ हे ਅਕਾਲਪੁਰਖ ਤੁਹਾਡੀ ਜੇ ਬਚਨ ਨੇ ਨਾ ਜੇ ਮੈਂ ਉਹਨਾਂ ਤੇ ਚੱਲਾਂ ਤਾਂ ਜ਼ਿੰਦਗੀ ਪਾਰ ਹੋ ਜਾਏਗੀ ਇੱਕ ਸਿੰਘ ਹੋਈ ਨੇ ਉਹਨਾਂ ਦੇ ਨਾ ਗਲੇ ਦੇ ਵਿੱਚ ਕੋਈ ਦਿੱਕਤ ਸੀ ਪਾਪ ਉਹਨਾਂ ਨੂੰ ਬੋਲਣ ਲੱਗਿਆ ਕਾਫੀ ਦਿੱਕਤ ਆਉਂਦੀ ਸੀ ਬੋਲਿਆ ਨਹੀਂ ਸੀ ਜਾਂਦਾ ਉਹਨੂੰ ਸੰਤ ਜੀ ਨੇ ਕਿਹਾ ਪਾਈ ਜਾਪ ਸਾਬ ਦਾ ਪਾਠ ਕਰਿਆ ਕਰ ਗੁਰੂ ਦੇ ਲੜ ਲੱਗ ਉਸ ਵਿੱਚ ਐਸ਼ੇ ਸਬਦ ਨੇ ਨਾ ਜਿਹਨੂੰ ਉਚਾਰਨ ਕਰਨ ਲੱਗਿਆ ਜੀਬ ਘੁੰਮਦੀ ਤੇ ਚੱਲੇਗੀ ਵੀ ਤੇ ਠੀਕ ਹੋਣਾ ਵੀ ਸ਼ੁਰੂ ਹੋਵੇਗੀ ਸਿੱਖ ਨੂੰ ਮਹੀਨੇ ਵਿੱਚ ਹੀ ਫਰਕ ਦਿਖਣ ਲੱਗ ਗਿਆ ਅਰਦਾਸ ਕਰਦੇ ਆ ਨਾ ਤਾਂ ਉਹਦੇ ਅਸਰ ਵੀ ਦੇਖਦੇ ਪ੍ਰਾਰਥਨਾ ਸਾਨੂੰ ਮਾਰਗ ਦਿਖਾਉਂਦੀ ਹੈ ਉਦਮੀ ਆਪਾਂ ਨੂੰ ਹੀ ਕਰਨਾ ਪਵੇਗਾ ਗੁਰਗੋਬਿੰਦ ਸਿੰਘ ਜੀ ਨੂੰ ਮੌਲਵੀ ਕੋਲਪਣ ਭੇਜਦੇ ਨੇ ਮੌਲਵੀ ਕਹਿੰਦਾ ਜੀ ਤੁਸੀਂ ਕੁਝ ਤਾਂ ਸਿੱਖ ਲਓ ਅਗੋ ਗੁਰਗੋਬਿੰਦ ਸਿੰਘ ਜੀ ਕਹਿੰਦੇ ਨੇ ਜੇ ਮੈਂ ਤੁਹਾਨੂੰ ਬਿਨਾਂ ਵਿਆਕਰਨ ਤੋਂ ਇਹ ਸਭ ਸੁਣਾ ਦਾਂ ਤਾਂ ਤੁਸੀਂ ਕਿਵੇਂ ਤੁਹਾਨੂੰ ਲੱਗੇਗਾ ਮੌਲਵੀ ਕਹਿੰਦਾ 12 ਸਾਲ ਲੱਗਦੇ ਨੇ ਸਿੱਖਣ ਲਈ ਤੁਸੀਂ 6 ਵਰਿਆਂ ਤੇ ਹੋ ਕੇ ਦੱਸੋ ਕਿਵੇਂ ਮੈਨੂੰ ਸੁਣਾ ਸਕਦੇ ਹੋ ਉਹਨਾਂ ਸਭ ਸੁਣਾਇਆ ਤੇ ਉਹ ਮੱਥਾ ਟੇਕ ਵਾਪਿਸ ਗਿਆ ਜਾਪ ਸਾਪ ਸਾਡੀ ਦਿਮਾਗੀ ਸ਼ਕਤੀ ਵੀ ਤੇਜ ਕਰਦਾ ਹੈ ਫਿਰ ਆਓ ਗੁਰਬਾਣੀ ਦੇ ਲੜ ਲੱਗੇ ਜਿਉਂ ਤੋਂ ਵਾਹਿਗੁਰੂ ਜੀ ਨੇ ਆਪਾਂ ਨੂੰ ਖਜ਼ਾਨਾ ਦਿੱਤਾ ਹੈ ਤੇ ਫਿਰ ਉਹ ਖਜ਼ਾਨੇ ਤੋਂ ਆਪਾਂ ਲਾਭ ਵੀ ਲਈਏ ਫਿਰ ਆਓ ਅੱਜ ਤੋਂ ਗੁਰਬਾਣੀ ਦੇ ਲੜ ਲੱਗੇ